ਮੇਰੇ ਜਿਹਦਾ ਮੰਥ ਬਣ ਬਣਦਾ ਸੀਗਾ ਔਨ ਦਾ ਲੈਫਟ ਹੈਂਡ ਸਾਈਡ, ਮੈਨੂੰ ਐਕਚੁਲੀ ਪ੍ਰੋਬਲਮ ਸੀਗੀ ਇੰਡੀਅਨ ਨਾਲ ਹਰਨੀਆ ਦੀ। ਅਸੀਂ ਫਿਰ ਆਨਲਾਈਨ ਇੰਟਰਨੈਟ ਤੇ ਬਰਾਊਜ਼ ਕੀਤਾ ਸਟਾਰ ਹੋਸਪਿਟਲ ਬਾਰੇ, ਅਸੀਂ ਇੱਥੇ ਆਏ ਸੀਗੇ ਸਟਾਰ ਹੋਸਪਿਟਲ। ਵਿਦ ਇਨ ਕਪਲ ਆਫ ਡੇਜ਼ ਮੈਂ ਡਿਸਾਈਡ ਕਰ ਰਿਹਾ ਸੀਗਾ ਕਿ ਮੈਂ ਆਪਣਾ ਆਪਰੇਸ਼ਨ ਜਸਮੀਤ ਸਰ ਕੋਲ ਹੀ ਕਰਾਉਣਾ। ਮੇਰਾ ਆਪਰੇਸ਼ਨ ਬਹੁਤ ਸਕਸੈਸਫੁਲ ਹੋਇਆ ਐਂਡ ਹੁਣ ਮੈਂ ਕਾਫੀ ਬੈਟਰ ਹਾਂ। ਮੇਰਾ ਨਾਮ ਭੁਪਿੰਦਰ ਹੈ, ਈਸਟ ਅਫਰੀਕਾ ਤੋਂ ਆਇਆ, ਟਾਂਜ਼ਾਨੀਆ ਤੋਂ। ਮੈਨੂੰ ਐਕਚੁਲੀ ਪ੍ਰੋਬਲਮ ਸੀਗੀ ਇੰਗਿਊਨਲ ਹਰਨੀਆ ਦੀ। ਮੇਰੀ ਪ੍ਰੋਬਲਮ ਰਫਲੀ ਅਬਾਊਟ ਇੱਕ ਡੇਢ ਸਾਲ ਤੋਂ ਇਹ ਪ੍ਰੋਬਲਮ ਮੈਨੂੰ ਪਤਾ ਲੱਗੀ ਸੀ ਉੱਥੇ ਅਫਰੀਕਾ ਦੇ ਵਿੱਚ, ਮੈਨੂੰ ਆਹ ਪ੍ਰੋਬਲਮ ਹੈਗੀ ਹੈ ਇੰਗਿਊਨਲ ਹਰਨੀਆ ਦੀ। ਫਿਰ ਉਹੀ ਪ੍ਰੋਬਲਮ ਦੇ ਨਾਲ ਅਬਾਊਟ 1 ਈਅਰ ਮੈਨੂੰ ਹੋ ਗਿਆ ਸੀਗਾ। ਮੇਰੇ ਜਿੱਦਾਂ ਲੰਪ ਬਣ ਬਣਦਾ ਸੀਗਾ ਔਨ ਦਾ ਲੈਫਟ ਹੈਂਡ ਸਾਈਡ, ਥੋੜੀ ਜਿਹੀ ਮੈਨੂੰ ਯੂਰਿਨ ਦੀ ਵੀ ਪ੍ਰੋਬਲਮ ਆਉਂਦੀ ਸੀ, ਪਰ ਕੁਛ ਜ਼ਿਆਦਾ ਨਹੀਂ ਪਰ ਥੋੜੀ ਆਉਂਦੀ ਸੀ। ਫਿਰ ਸਾਡਾ ਟ੍ਰਿਪ ਬਣਿਆ ਇੱਥੇ ਇੰਡੀਆ ਆਉਣ ਦੇ। ਅਸੀਂ ਫਿਰ ਆਨਲਾਈਨ ਇੰਟਰਨੈਟ ਤੇ ਬਰਾਊਜ਼ ਕੀਤਾ ਸਟਾਰ ਹੋਸਪਿਟਲ ਬਾਰੇ, ਅਸੀਂ ਇੱਥੇ ਆਏ ਸੀਗੇ ਸਟਾਰ ਹੋਸਪਿਟਲ। ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਨੂੰ ਮਿਲੇ, ਉਹਨਾਂ ਦੀ ਜਿਹੜੀ ਕੰਸਲਟੇਸ਼ਨ ਸੀਗੀ ਉਹ ਬਹੁਤ ਗੁੱਡ ਸੀ। ਉਹਨਾਂ ਨੇ ਮੈਨੂੰ ਚੈੱਕ ਕੀਤਾ, ਉਹਨਾਂ ਨੇ ਥੋੜੋਲੀ ਚੈੱਕ ਕਰਕੇ ਮੈਨੂੰ ਟੈਸਟ ਲਿਖੇ ਮੇਰੇ। ਜਦੋਂ ਉਹਨਾਂ ਨੇ ਮੈਨੂੰ ਚੈੱਕ ਕੀਤਾ, ਉਹਨਾਂ ਨੇ ਸਟ੍ਰੇਟ ਅਵੇ ਕਿਹਾ ਕਿ ਤੁਹਾਨੂੰ ਇੰਗਿਊਨਲ ਹਰਨੀਆ ਤੇ ਇਹਦਾ ਹੋਰ ਕੋਈ ਕਿਉਂ ਨਹੀਂ ਹੈਗਾ, ਇਹਨੂੰ ਲੈਪਰੋਸਕੋਪਿਕ ਸਰਜਰੀ ਨਾਲ ਰਿਪੇਅਰ ਕਰਨਾ ਪੈਣਾ। ਵਿਦ ਇਨ ਕਪਲ ਆਫ ਡੇਜ਼ ਮੈਂ ਡਿਸਾਈਡ ਕਰ ਰਿਹਾ ਸੀਗਾ ਕਿ ਮੈਂ ਆਪਣਾ ਆਪਰੇਸ਼ਨ ਜਸਮੀਤ ਸਰ ਕੋਲ ਹੀ ਕਰਾਉਣਾ, ਕਿਉਂਕਿ ਜਿੱਦਾਂ ਉਹਨਾਂ ਨੇ ਸਾਨੂੰ ਟ੍ਰੀਟ ਕੀਤਾ ਉਹ ਐਡਵਾਈਜ਼ ਕੀਤੀ ਉਹ ਬਹੁਤ ਗੁੱਡ ਸੀਗੀ ਤੇ ਅਸੀਂ ਸੈਟਿਸਫਾਈਡ ਸੀਗੇ। ਜਿੱਦਾਂ ਮੇਰਾ ਆਪਰੇਸ਼ਨ ਸੀ, ਉਹਨਾਂ ਨੇ ਮੈਨੂੰ ਬਹੁਤ ਨਾਈਸਲੀ ਅਪਰੋਚ ਕੀਤਾ ਤੇ ਮੇਰਾ ਆਪਰੇਸ਼ਨ ਵੀ ਬਹੁਤ ਸਕਸੈਸਫੁਲ ਹੋਇਆ। ਹੋਸਪਿਟਲ ਵੀ ਬਹੁਤ ਨਾਈਸ ਸੀਗਾ, ਕਲੀਨ ਸੀ, ਹੈਲਪਫੁਲ ਸੀਗੇ। ਸੋ ਇਟ ਵਾਜ਼ ਅ ਗ੍ਰੇਟ ਐਕਸਪੀਰੀਅੰਸ ਇੱਥੇ ਐਟ ਸਟਾਰ ਹੋਸਪਿਟਲ। ਆਫਟਰ ਜਿਹੜੀ ਸੀਗੀ ਉਹ ਵੀ ਮੈਂ ਆਪਰੇਸ਼ਨ ਤੋਂ ਬਾਅਦ ਵੀ ਮੈਨੂੰ ਆਫਟਰ 1 ਵੀਕ ਬੁਲਾਇਆ ਸੀਗਾ, ਉਦੋਂ ਵੀ ਮੇਰੀ ਪੂਰੇ ਚੈੱਕਅਪ ਹੋਈ ਹੈ ਐਂਡ ਹੁਣ ਮੈਂ ਕਾਫੀ ਬੈਟਰ ਹਾਂ। ਆਈ ਵੁੱਡ ਰੈਕਮੈਂਡ ਜੇ ਕਿਸੇ ਨੇ ਆਉਣਾ ਉਹ ਇੱਥੇ ਆਣ ਕੇ ਜਸਮੀਤ ਸਿੰਘ ਆਹਲੂਵਾਲੀਆ ਨੂੰ ਸਰ ਨੂੰ ਮਿਲਣ, ਡਾਕਟਰ ਜੀ ਨੂੰ, ਉਹਨਾਂ ਕੋਲੋਂ ਐਡਵਾਈਸ ਲੈਣ ਐਂਡ ਇਟਸ ਅ ਵੈਰੀ ਗੁੱਡ ਪਲੇਸ ਟੂ ਗੈਟ ਆਪਰੇਟਿਡ। ਥੈਂਕ ਯੂ।